ਵਿਕਾਰਾਂ ਨਾਲ। ਬੋਲੇ ਸੋਰਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਹਰਮੀਤ ਸਿੰਘ ਕਾਲਕਾ ਜੀ ਅਤੇ ਬੀਬੀ ਰਣਜੀਤ ਕੌਰ ਐਂਡ ਆਲ ਮੈਂਬਰਸ ਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਿੱਤੀ ਹੈ ਕਿ ਮੈਂ ਇਹ ਸੇਵਾ ਤਨ ਮਨ ਨਾਲ ਕਰਾਂਗੀ। ਔਰ ਜਿਹੜੇ ਜਿਹੜੇ ਸਕੂਲ ਦੇ ਵਿੱਚ ਕੋਈ ਕੰਮ ਨੇ ਉਹਨਾਂ ਨੂੰ ਵੇਖਾਂਗੀ ਔਰ ਉਹਨਾਂ ਦਾ ਸੁਧਾਰ ਕਰਵਾਵਾਂਗੀ। ਔਰ ਮੈਂ ਸਭ ਜਿਹੜੇ ਮੇਰੇ ਕੋਲ ਸਾਰੇ ਮੈਂਬਰਸ ਆਏ ਨੇ, ਸਰਦਾਰ ਸਤਪਾਲ ਸਿੰਘ ਚੰਨਵੀਰ ਜੀ ਔਰ ਅਮਰਜੀਤ ਸਿੰਘ ਪੱਪੂ ਜੀ, ਹਰਜੀਤ ਸਿੰਘ ਪੱਪਾ ਜੀ ਔਰ ਤਰਲੋਚਨ ਸਿੰਘ ਡੋਲਾ ਜੀ ਔਰ ਕੰਵਲਜੀਤ ਸਿੰਘ ਜੋਲੀ, ਔਰ ਸੇਵਾ ਦਾ ਮੌਕਾ ਦਿੱਤਾ ਸਭ ਨੇ। ਅਤੇ ਮੈਂ ਇਹ ਸੇਵਾ ਬਹੁਤ ਆਪਣੇ ਦਿਲੋਂ ਨਿਭਾਵਾਂਗੀ ਔਰ ਇਹਨਾਂ ਦਾ ਸਭ ਦਾ ਮੈਂ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੀਬੀ ਰਵਿੰਦਰ ਕੌਰ ਜੀ ਨੂੰ ਜੀ ਐਚ ਪੀ ਐਸ ਫਤਿਹਨਗਰ ਤੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਇੱਥੇ ਭੇਜਿਆ ਗਿਆ, ਸੀਨੀਅਰ ਵਾਈਸ ਚੇਅਰਮੈਨ ਬਣਾ ਕੇ ਭੇਜਿਆ ਗਿਆ। ਇਹਨਾਂ ਦੀ ਸੇਵਾਵਾਂ ਜੋ ਪੰਥ ਪ੍ਰਤੀ, ਜੋ ਸਾਡੀ ਕਮੇਟੀ ਪ੍ਰਤੀ ਨੇ, ਉਹਨਾਂ ਦੀ ਸੇਵਾਵਾਂ ਨੂੰ ਮੁੱਖ ਰੱਖਦੇ ਅੱਜ ਇਹਨਾਂ ਨੂੰ ਇੱਥੇ ਵੀ ਭੇਜਿਆ ਗਿਆ। ਇੱਕ ਵੱਡੀ ਜ਼ਿੰਮੇਵਾਰੀ ਇਹਨਾਂ 'ਤੇ ਲਾਈ ਗਈ ਹੈ। ਸਾਨੂੰ ਪੂਰੀ ਉਮੀਦ ਹੈ ਕਿ ਜੋ ਇਸ ਸਕੂਲ ਦੇ ਕਾਰਜ ਨੇ, ਜੋ ਇੱਥੇ ਦੇ ਚੇਅਰਮੈਨ ਰਮਨਦੀਪ ਸਿੰਘ ਜੀ, ਇੱਥੇ ਦੇ ਮੈਨੇਜਰ ਸਾਡੇ ਚੰਨਵੀਰ ਜੀ ਬਹੁਤ ਹੀ ਸੀਨੀਅਰ ਨੇ ਸਾਡੇ ਕੋਲੋਂ, ਇਹਨਾਂ ਦੇ ਨਾਲ ਇਹਨਾਂ ਦੇ ਹੱਥ ਪੱਕੇ ਕਰਨਗੇ ਆਉਣ ਵਾਲੀ ਜੋ ਵੀ ਇੱਥੇ ਔਕੜਾਂ ਨੇ, ਜੋ ਵੀ ਇੱਥੇ ਦੇ ਕਾਰਜ ਪੈਂਡਿੰਗ ਪਏ ਨੇ। ਕਿਉਂਕਿ ਜਿਤਨੇ ਵੀ ਹੱਥ ਹੋ ਜਾਣ ਉਤਨੇ ਹੀ ਅੱਛੇ ਨੇ, ਕਿਉਂਕਿ ਇਹ ਜੋ ਸੇਵਾਵਾਂ ਨੇ ਕੋਈ ਇੱਕ ਬੰਦਾ ਨਹੀਂ ਕਰ ਸਕਦਾ, ਇਹ ਸਾਰੇ ਰਲ ਮਿਲ ਕੇ ਕਰਦੇ ਨੇ। ਅੱਜ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਹੋਰ ਇੱਥੇ ਮੈਂਬਰਾਂ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਕੰਮ ਬਹੁਤ ਪੈਂਡਿੰਗ ਨੇ। ਅਤੇ ਇਹਨਾਂ ਦੇ ਕਹਿਣ 'ਤੇ ਇਹ ਬੀਬੀ ਰਵਿੰਦਰ ਕੌਰ ਜੀ ਨੂੰ ਸਪੈਸ਼ਲ ਤੋਂ ਇੱਥੇ ਦੀ ਸੇਵਾ ਦਿੱਤੀ ਗਈ ਹੈ। ਸਾਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਇਹ ਜੀ ਜਾਨ ਦੇ ਨਾਲ ਪਾਰਟੀ ਦੀ ਸੇਵਾ, ਜੀ ਜਾਨ ਦੇ ਨਾਲ ਪੰਥ ਦੀ ਸੇਵਾ ਕਰਦੇ ਨੇ, ਉੱਥੇ ਉਸੇ ਤਰ੍ਹਾਂ ਇਸ ਆਪਣਾ ਸਕੂਲ ਦੀ ਵੀ ਸੇਵਾ ਜੀ ਜਾਨ ਤੋਂ ਕਰਨਗੇ ਔਰ ਇਸ ਸਕੂਲ ਨੂੰ ਅੱਗੇ ਲਿਜਾਣ ਲਈ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ।